ਸਾਡੇ ਆਲੀਸ਼ਾਨ ਘਰਾਂ ਦੀਆਂ ਕੰਧਾਂ 'ਤੇ ਟੰਗੀਆਂ ਕਈ ਖੂਬਸੂਰਤ ਪੇਂਟਿੰਗਸ ਨੂੰ ਅਸੀਂ ਮਹਿੰਗੇ ਮੁੱਲ 'ਚ ਖਰੀਦਿਆ ਹੁੰਦਾ ਅਤੇ ਸਾਡੇ 'ਚੋਂ ਬਹੁਤਿਆਂ ਨੂੰ ਸਿਰਫ ਇੱਕ ਘਰ 'ਚ ਇੱਕ ਬਿਊਟੀ ਵਧਾਉਣ ਵਾਲਾ ਪੀਸ ਜਾਪਦਾ। ਪਰ ਚਿੱਤਰਕਾਰੀ, ਨਕਾਸ਼ੀ ਅਤੇ ਇਸ ਨੂੰ ਪੇਸ਼ੇ ਵਜੋਂ ਅਪਣਾਉਣ ਵਾਲੇ ਕਲਾਕਾਰਾਂ ਅੰਦਰ ਇਸ ਕਲਾ ਦੇ ਅਲੱਗ ਅਲੱਗ ਰੂਪਾਂ ਦੇ ਮੌਜੂਦਾ ਹਾਲਾਤ ਅਤੇ ਭਵਿੱਖ ਨੂੰ ਲੈ ਕੇ ਡੂੰਘੀ ਚਿੰਤਾ। ਇਹ ਜਿਹੜੇ ਅਸੀਂ ਫੁੱਲ ਬੂਟੇ ਜਾਂ ਪੰਛੀਆਂ ਦਾ ਜਿਹੜਾ ਚਿੱਤਰਕਾਰੀ ਦੀਵਾਰਾਂ ਦੇ ਉੱਪਰ ਅਸੀਂ ਬਣਾਉਂਦੇ ਹਾਂ, ਉਸ ਨੂੰ ਇਹ ਚਿੱਤਰਕਾਰੀ ਕਹੀ ਜਾਂਦੀ। ਦੀਵਾਰ 'ਤੇ ਉੱਪਰ ਜਿਹੜਾ ਆਪਣਾ ਪੰਛੀਆਂ ਦੇ ਜਾਂ ਫੁੱਲਾਂ ਦੇ ਆਪਾਂ ਜਿਹੜੀ ਚੀਜ਼ ਬਣਾਈ ਜਾਂਦੀ ਆ, ਉਹਨੂੰ ਅਸੀਂ ਕੰਧ ਚਿੱਤਰਕਾਰੀ ਕਹਿੰਦੇ ਹਾਂ। ਔਰ ਇਹ ਪੰਜਾਬ ਦੇ ਵਿੱਚ ਕਾਫ਼ੀ ਸਾਲਾਂ ਤੋਂ ਚੱਲੀ ਆ ਰਹੀ ਹੈ। ਬੇਸ਼ੱਕ ਇਹਦਾ ਕੋਈ ਪਿਛੋਕੜ ਹਜੇ ਤੱਕ ਨਹੀਂ ਮਿਲਿਆ, ਪਰ ਅੱਜ ਤੋਂ 200-300-400 ਸਾਲ ਪਹਿਲਾਂ ਤੱਕ ਪੰਜਾਬ ਦੇ ਕਿਲਿਆਂ ਦੇ ਵਿੱਚ ਇਹ ਅੱਜ ਵੀ ਦੇਖਣ ਨੂੰ ਮਿਲਦੀ ਹੈ, ਜਿਹੜੇ ਹਾਲੇ ਤੱਕ ਉਹ ਕਿਲੇ ਮਿਲੇ ਆ। ਜਿਹੜੇ ਮਤਲਬ ਕਿ ਜਿਹੜੇ ਕਲਰ ਸੀ ਓਇਲ ਦੇ ਮੀਡੀਅਮ ਦੁਆਰਾ ਚਲਾਏ ਜਾਂਦੇ ਹਨ, ਓਇਲ ਮੀਡੀਅਮ ਦੁਆਰਾ ਚਲਾਏ ਜਾਂਦੇ ਹਨ, ਜਾਂ ਜਿਸ 'ਚ ਮੀਡੀਅਮ ਓਇਲ ਯੂਜ਼ ਕੀਤਾ ਜਾਂਦਾ ਜਿਹਨਾਂ ਕਲਰਸ ਦੇ ਵਿੱਚ, ਅਤੇ ਉਹ ਓਇਲ ਪੇਂਟਿੰਗ ਹੈ। ਇਹਦੇ ਅਲੱਗ ਅਲੱਗ ਮੀਡੀਅਮ ਆਉਂਦੇ ਹੈ, ਕੋਈ ਵਾਟਰ ਬੇਸ ਪੇਂਟ ਹੈ, ਕੋਈ ਡਰਾਈ ਕਲਰ ਦੇ ਹੈ। ਕੈਲੀਗ੍ਰਾਫੀ ਐਕਚੁਅਲ ਦੇ ਵਿੱਚ ਹੈ ਸ਼ਬਦ ਨਾਲ ਪ੍ਰੇਮ। ਹੁਣ ਜਿੱਦਾਂ ਬਾਣੀ ਦੇ ਵਿੱਚ ਵੀ ਆਉਂਦਾ ਸ਼ਬਦ 'ਤੇ ਕਿੰਨਾ ਕੁਛ ਉਹਨਾਂ ਨੇ ਦਰਜ ਕੀਤਾ ਹੈ। ਸ਼ਬਦ ਨਾਲ ਪ੍ਰੇਮ ਕਰਨਾ ਹੀ ਕੈਲੀਗ੍ਰਾਫੀ ਹੈ। ਕੈਲੀਗ੍ਰਾਫੀ ਇੱਕ ਤਰ੍ਹਾਂ ਨਾਲ ਸ਼ਬਦ ਦੀ ਬਣਤਰ ਨੂੰ ਹੋਰ ਸੁੰਦਰ ਕਰੀ ਜਾਣਾ, ਇਹਨੂੰ ਕ੍ਰੀਏਟਿਵ ਦੀ ਹੱਦ ਤੱਕ ਲੈ ਜਾਣਾ, ਇਹਨੂੰ ਹੀ ਕੈਲੀਗ੍ਰਾਫੀ ਕਹਿੰਦੇ ਆ। ਕੈਲੀਗ੍ਰਾਫੀ ਕਹਿੰਦੇ ਐਕਚੁਅਲੀ ਵਨ ਸ਼ੋਟ ਰਾਈਟਿੰਗ, ਇੱਕ ਵਾਰ ਘੁਮਾਇਆ ਔਰ ਲਿਖ ਲਿਆ, ਹੈ ਨਾ। ਔਰ ਇਹ ਕੈਲੀਗ੍ਰਾਫੀ ਜਿਹੜੀ ਹੈ ਕਿ ਸ਼ਬਦ ਨੂੰ ਹੋਰ ਜ਼ਿਆਦਾ ਸੁੰਦਰ ਬਣਾਉਣ ਦੀ ਕਲਾ ਨੂੰ ਕਹਿ ਸਕਦੇ ਹਾਂ ਆਪਾਂ। ਪੋਰਟਰੇਟ ਮੇਕਿੰਗ ਇਜ਼ ਅ ਜੋਨਰ ਜਿਹਦੇ 'ਚ ਅਸੀਂ ਬੈਠੇ ਹੋਏ ਮਾਡਲ ਜਾਂ ਸਿਟਰ ਦਾ ਐਗਜੈਕਟ ਲਾਈਕਨੈਸ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਔਰ ਇਹ ਬਹੁਤ ਪੁਰਾਣੇ ਟਾਈਮ ਤੋਂ ਚੱਲੀ ਆਈ ਆਰਟ ਫੋਰਮ ਹੈ। ਅਸੀਂ ਸਾਡੇ ਕੋਲ ਟਰੇਸਿਸ ਨੇ, ਜਿਵੇਂ ਅਸੀਂ ਗੱਲ ਕਰਦੇ ਹਾਂ ਜਿੰਨੇ ਵੀ ਰਾਜੇ ਮਹਾਰਾਜੇ ਹੈ, ਮਹਾਰਾਜਾ ਰਣਜੀਤ ਸਿੰਘ ਹੋ ਗਏ ਜਾਂ ਜਿੰਨੇ ਵੀ ਸਾਡੇ ਗੁਰੂ ਪੀਰ ਪੈਗੰਬਰ ਹੋਏ ਆ, ਉਹਨਾਂ ਦੇ ਜਿਨ੍ਹਾਂ ਦੀ ਦਿਖਾਵਟ ਨੂੰ ਅਸੀਂ ਸਿਰਫ ਜਿਨ੍ਹਾਂ ਨੂੰ ਅਸੀਂ ਪਰਸਨਲੀ ਨਹੀਂ ਦੇਖਿਆ ਹੋਇਆ, ਉਹਨਾਂ ਦੇ ਪੋਰਟਰੇਟਸ ਤੋਂ ਅਸੀਂ ਉਹਨਾਂ ਨੂੰ ਇਮੈਜਿਨ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਉਹਨਾਂ ਦੀ ਪੋਰਟਰੇਟ ਲਾਈਕਨੈਸ ਤੋਂ ਮੀਨ ਇਹ ਹੈ ਕਿ ਉਹਨਾਂ ਦੇ ਫੇਸ਼ੀਅਲ ਫੀਚਰਸ ਕਰੈਕਟਰ ਦੇ ਵਿੱਚ ਕੋਈ ਪਰਟੀਕੁਲਰ ਚੀਜ਼, ਅਗਰ ਕਿਸੇ ਦੀ ਆਈਜ਼ ਕੁਛ ਡਿਫਰੈਂਟ ਨੇ ਜਾਂ ਕਿਸੇ ਦੀ, ਅਗਰ ਆਪਾਂ ਲਾਈਵ ਡਰਾਇੰਗ ਦੀ ਗੱਲ ਕਰੀਏ, ਫੁੱਲ ਬੋਡੀ ਸਟਰਕਚਰ ਹੈ, ਉਹ ਸਾਰਾ ਅਸੀਂ ਐਗਜੈਕਟ ਕਾਪੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪੁਰਾਣੇ ਜ਼ਮਾਨਿਆਂ 'ਚ ਇਹਨੂੰ ਬਹੁਤ ਹਾਈ ਸਟੇਟਸ ਦਾ ਇੱਕ ਸਿੰਬਲ ਸਮਝਦੇ ਸੀ, ਅਮੀਰ ਲੋਕਾਂ ਨੂੰ ਇਹ ਰਿਵਾਇਤ ਦੇ ਤੌਰ 'ਤੇ ਉਹ ਬਣਵਾਉਂਦੇ ਸੀਗੇ। ਇਹਨਾਂ ਸਾਰੀਆਂ ਆਰਟ ਫਾਰਮਸ ਦੀ ਸ਼ੁਰੂਆਤ ਅਤੇ ਵਿਕਾਸ ਪਿੱਛੇ ਵੀ ਮਨੁੱਖ ਦੀਆਂ ਪੁਰਾਤਨ ਸਮੇਂ ਦੀਆਂ ਲੋੜਾਂ ਜਾਂ ਕਾਢਾਂ ਹੀ ਨੇ, ਜਿਸ ਕਰਕੇ ਇਸ ਕਲਾ ਦੇ ਵੱਖ ਵੱਖ ਰੂਪ ਸਾਹਮਣੇ ਆਏ ਜਾਂ ਕਹਿ ਲਓ ਵਿਕਸਿਤ ਹੋਏ। ਕੈਲੀਗ੍ਰਾਫੀ ਦੀ ਸ਼ੁਰੂਆਤ ਆਦਿ ਕਾਲ ਤੋਂ ਹੀ ਹੋਈ ਹੈ। ਆਪਾਂ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਜਦੋਂ ਤੋਂ ਗੁਫਾਵਾਂ 'ਚ ਹੀ ਰਹਿੰਦਾ ਸੀ ਇਨਸਾਨ ਹਾਲੇ, ਅਤੇ ਆਪਣੇ ਨਾਲ ਦੇ ਨਰ ਨਾਰੀਆਂ ਨੂੰ ਜਾਣਦਾ ਜਾਂ ਪਸ਼ੂ ਪੱਖੀਆਂ ਨੂੰ ਜਾਣਦਾ ਜਾਂ ਉਹ ਵੈਜੀਟੇਸ਼ਨ ਨੂੰ ਜਾਣਦਾ, ਕੁਛ ਹਥਿਆਰ ਬਣਾ ਲਿਆ ਉਹਨਾਂ ਨੂੰ ਜਾਣਦਾ, ਅਤੇ ਅਗਰ ਕੋਈ ਕਿਸੇ ਚੀਜ਼ ਦਾ ਗਿਆਨ ਹੋਇਆ ਉਹਨੂੰ, ਅਤੇ ਉਹਨੂੰ ਦਿਖਾਉਣ ਲਈ ਅਗਰ ਉਹਨੇ ਕਿਸੇ ਨੂੰ ਦੱਸਣਾ ਹੈ। ਲਿਪੀ ਦਾ ਹਾਲੇ ਅਵਿਸ਼ਕਾਰ ਨਹੀਂ ਹੋਇਆ, ਲਿਪੀ ਹਾਲੇ ਹੋਣ ਦੇ ਵਿੱਚ ਨਹੀਂ ਆਈ ਕੁਛ ਵੀ ਕਿਸੇ ਵੀ ਤਰ੍ਹਾਂ ਦੀ, ਅਤੇ ਉਹ ਉਹਨਾਂ ਚੀਜ਼ਾਂ ਨੂੰ ਜਿਨ੍ਹਾਂ ਨੂੰ ਉਹ ਜਾਣਦਾ ਉਹਨੂੰ ਲੈ ਕੇ ਹੀ ਉਹਨੇ ਗੁਫਾਵਾਂ 'ਚ ਕੁਛ ਚਿੱਤਰ ਬਣਾਏ ਜਿਹਨੂੰ ਅਸੀਂ ਸਮਝਿਆ ਨਹੀਂ, ਮੱਥੇ ਟੇਕਣੇ ਸ਼ੁਰੂ ਕਰਤੇ। ਉਸ ਲਿਪੀ ਨੂੰ ਪੜ੍ਹਿਆ ਗਿਆ ਬਾਅਦ 'ਚ, ਫਿਰ ਉਹ ਲਿਪੀ ਜਦੋਂ ਲਿਪੀ ਦਾ ਅਵਿਸ਼ਕਾਰ ਹੋ ਗਿਆ, ਉਹ ਲਿਪੀ ਆਈ ਗ੍ਰੰਥਾਂ 'ਚ ਆ ਗਈ, ਦਰਜ ਹੋ ਗਿਆ। ਜਦੋਂ ਤੋਂ ਗ੍ਰੰਥ ਲਿਖਣੇ ਸ਼ੁਰੂ ਹੋਏ, ਗਿਆਨ ਕਿਸੇ ਨੂੰ ਹੋਇਆ, ਅਤੇ ਸਮਝ ਲਓ ਲਿਪੀ ਦਾ ਅਵਿਸ਼ਕਾਰ ਹੋ ਗਿਆ ਅਤੇ ਕੈਲੀਗ੍ਰਾਫੀ ਦੀ ਵੀ ਸ਼ੁਰੂਆਤ ਹੋ ਗਈ। ਇਹਦੀ ਜੇ ਸ਼ੁਰੂਆਤ ਵਿੱਚ ਦੇਖਿਆ ਜਾਵੇ ਤਾਂ ਮੈਨੂੰ ਮੱਧ ਪ੍ਰਦੇਸ਼ ਦੇ ਵਿੱਚ ਭੋਪਾਲ ਦੇ ਵਿੱਚ ਜਗ੍ਹਾ ਆ ਭੀਮ ਵਾਟਿਕਾ, ਉੱਥੇ ਗੁਫਾਵਾਂ ਆ ਜੀ, ਉਹਦੇ ਵਿੱਚ ਇਹਨਾਂ ਨੇ 8000 ਸਾਲ ਪਹਿਲਾਂ ਦੇ ਕਲਰਸ ਬਣਾਏ ਹੋ ਆ, ਜਿਹੜੀ ਕਿ ਉਹ ਲਿਪੀ ਹਲੇ ਤੱਕ ਵੀ ਇਹਨਾਂ ਨੇ ਸਾਂਭ ਕੇ ਰੱਖੀ ਹੈ, ਉਹਦੇ ਜਿਹੜੇ ਕਲਰਸ ਆ ਹਲੇ ਤੱਕ ਵੀ ਨਹੀਂ ਖਤਮ ਹੋਏ। ਸੋ ਇਹ ਸ਼ੁਰੂਆਤ ਜੇ ਮੈਂ ਦੇਖਦਾ ਤਾਂ ਇਹ ਪੱਥਰ ਯੁੱਗ ਤੋਂ ਹੋਈ ਹੈ,
ਜਿਸ ਟਾਈਮ 'ਤੇ ਇਨਸਾਨ ਮਿੱਟੀ ਦੇ ਘਰਾਂ ਵਿੱਚ ਨਹੀਂ ਸੀ ਰਹਿੰਦਾ, ਪੱਥਰ ਯੁੱਗ ਵਿੱਚ ਸੀਗਾ, ਉਸ ਵੇਲੇ ਵੀ ਇਹ ਕਲਾਕ੍ਰਿਤੀਆਂ ਉੱਥੇ ਬਣਾਈਆਂ ਜਾਂਦੀਆਂ ਸੀ। ਬ੍ਰਿਟਿਸ਼ਰਸ ਨੇ ਇਹਨੂੰ ਕਾਫੀ ਜ਼ਿਆਦਾ ਐਕਸਪਲੋਰ ਕੀਤਾ ਸੀ। ਬ੍ਰਿਟਿਸ਼ਰਸ ਜਦੋਂ ਆਏ ਹੈ, ਨੋਟ ਓਨਲੀ ਹਿਊਮਨ ਬੀਇੰਗਸ, ਚਾਹੇ ਉਹ ਵੈਂਡਰਸ ਨੇ, ਚਾਹੇ ਉਹ ਡਿਫਰੈਂਟ ਤਰ੍ਹਾਂ ਦੇ ਜੋਨਰ ਵਾਲੇ ਜਾਂ ਵਰਕਿੰਗ ਕਲਾਸ ਸੀ, ਉਹਨਾਂ ਨੂੰ ਤਾਂ ਕਾਪੀ ਕਰਾਇਆ ਹੀ ਕਰਾਇਆ। ਇੰਡੀਆ 'ਚ ਕਈ ਐਸੀਆਂ ਸਪੀਸ਼ੀਜ਼ ਨੇ ਬਰਡਸ ਦੀਆਂ, ਐਨੀਮਲਸ ਦੀਆਂ, ਉਹਨਾਂ ਦੇ ਵੀ ਪੋਰਟਰੇਟਸ ਬਣਾਏ ਗਏ ਹੈ। ਜਹਾਂਗੀਰ ਯੂਜ਼ ਟੂ ਹੈਵ ਅ ਮੂਵਿੰਗ ਇਟਾਲੀਅਰ, ਜਿੱਥੇ ਉਹ ਆਪਣੇ ਆਰਟਿਸਟ ਨੂੰ ਨਾਲ ਲੈ ਕੇ ਜਾਂਦਾ ਸੀ। ਕੋਈ ਵੀ ਨੈਚੁਰਲ ਚੀਜ਼, ਕੋਈ ਵੀ ਬਰਡ ਐਨੀਮਲ ਜੋ ਉਹਨੂੰ ਅੱਛਾ ਲੱਗਦਾ ਸੀ, ਉਹਦਾ ਉਹ ਪੋਰਟਰੇਟ ਬਣਵਾਉਂਦਾ ਸੀ। ਜ਼ੈਬਰਾ ਦਾ ਬਣਵਾਇਆ ਸੀ ਉਸਨੇ, ਟਰਕੀ ਕੋਕ ਬਹੁਤ ਫੇਮਸ ਹੈ, ਫੈਲਕਨ ਔਨ ਦਾ ਬਰਡ ਰੈਸ ਬਹੁਤ ਫੇਮਸ ਹੈ। ਜੇ ਕਿਸੇ ਨੂੰ ਕਹੀਏ ਕਿ ਇਤਿਹਾਸ ਪੜ੍ਹੋ ਤਾਂ ਮੋਟੇ ਮੋਟੇ ਗ੍ਰੰਥਾਂ ਜਾਂ ਮੋਟੀਆਂ ਮੋਟੀਆਂ ਕਿਤਾਬਾਂ ਵੇਖ ਕੇ ਹਰ ਇੱਕ ਦਾ ਹੌਸਲਾ ਨਹੀਂ ਪੈਂਦਾ ਕਿ ਇਤਿਹਾਸ ਬਾਰੇ ਜਾਣਾ, ਪਰ ਚਿੱਤਰਕਾਰੀ ਦੇ ਵੱਖ ਵੱਖ ਰੂਪ ਵੱਡੀਆਂ ਵੱਡੀਆਂ ਘਟਨਾਵਾਂ ਜਾਂ ਇਤਿਹਾਸ ਨੂੰ ਪੇਸ਼ ਕਰਨ ਦਾ ਉਹ ਤਰੀਕਾ ਨੇ ਜਿਸ ਨਾਲ ਇਤਿਹਾਸ ਦੀਆਂ ਘਟਨਾਵਾਂ ਨੂੰ ਪਲਾਂ 'ਚ ਸਮਝਿਆ ਜਾ ਸਕਦਾ। ਪੁਰਾਣੇ ਜ਼ਮਾਨੇ ਜਿੰਨਾ ਵੀ ਪੰਜਾਬ ਦਾ ਸਾਰਾ ਇਤਿਹਾਸ ਓਇਲ ਪੇਂਟਿੰਗ ਦੇ ਵਿੱਚ ਕੀਤਾ ਗਿਆ, ਜਿਹਨਾਂ 'ਚ ਸ਼ੋਭਾ ਸਿੰਘ ਜੀ ਨੇ ਜਾਂ ਕਿਰਪਾਲ ਸਿੰਘ ਜੀ ਨੇ ਜਿੰਨਾ ਵੀ ਕੰਮ ਕੀਤਾ ਹੋਇਆ ਓਇਲ ਪੇਂਟਿੰਗ ਨੇ ਸ਼ੁਰੂ ਕੀਤਾ ਹੋਇਆ ਸਾਰਾ ਨਾ, ਜਿੰਨਾ ਵੀ ਇਤਿਹਾਸ ਰਚਿਆ ਗਿਆ ਪੰਜਾਬ ਦਾ ਅੱਜ ਤੱਕ। ਮੋਸਟਲੀ ਜਿਹੜਾ ਪੰਜਾਬ ਦਾ ਏਰੀਆ ਆ, ਇਹ ਬਾਰਡਰ ਦਾ ਏਰੀਆ ਗਿਣਿਆ ਗਿਆ ਸ਼ੁਰੂ ਤੋਂ। ਇੱਥੇ ਪੱਕੇ ਘਰਾਂ ਦੀ ਘਾਟ ਸ਼ੁਰੂ ਤੋਂ ਬਹੁਤ ਸੀਗੀ। ਰਾਜਸਥਾਨ ਦੇ ਵਿੱਚ ਤੁਹਾਨੂੰ ਹਵੇਲੀਆਂ ਵਗੈਰਾ ਮਿਲਣਗੀਆਂ ਜਿੱਥੇ ਚਿੱਤਰਕਾਰੀ ਹੋਈ ਹੈ। ਪੰਜਾਬ ਦੇ ਵਿੱਚ ਮੋਸਟਲੀ ਲੜਾਈ ਕਰਕੇ ਕੱਚੇ ਘਰ ਬਣਦੇ ਸੀਗੇ, ਜਿਹੜਾ ਕਿ ਆਪਾਂ ਬਦਕਿਸਮਤ ਦੀ ਕਹਿ ਲਈਏ ਕਿ ਸਾਡੇ ਕੋਲ ਉਹਦੀਆਂ ਹਲੇ ਤੱਕ ਕੋਈ ਪੁਰਾਣਾ ਰਿਕਾਰਡ ਨਹੀਂ ਹੈਗਾ ਕਿ ਜਿਹੜੀਆਂ ਕੋਈ ਗਾਰੇ ਦੀਆਂ ਕੰਧਾਂ 'ਤੇ ਜਾਂ ਚੀਜ਼ਾਂ ਬਣੀਆਂ ਹੋਣ, ਪਰ ਕਿਲ੍ਹਿਆਂ ਦੇ ਅੰਦਰ ਇਹ ਚਿੱਤਰਕਾਰੀ ਹੋਈ ਆਮ ਸਾਨੂੰ ਪੁਰਾਣੇ ਕਿਲ੍ਹਿਆਂ ਵਿੱਚ ਮਿਲ ਜਾਂਦੀ ਹੈ। ਗੁਰਮੁਖੀ ਲਿਪੀ ਜਿਹੜੀ ਹੈ, ਇਹ ਜਿਹੜੀ ਹੱਥ ਨਾਲ ਲਿਖੀ ਹੋਈ ਹੈ, ਪਹਿਲਾਂ ਸਭ ਤੋਂ ਪਹਿਲਾਂ ਹੱਥ ਨਾਲ ਲਿਖਿਆ ਗਿਆ। ਉਹਨੂੰ ਸਮਝ ਲਓ ਕਿ ਕੈਲੀਗ੍ਰਾਫੀ ਦੀ ਸ਼ੁਰੂਆਤ ਜਿਹੜੀ ਹੈ ਉਹ ਗੁਰਮੁਖੀ ਲਿਪੀ ਜਦੋਂ ਲਿਖਿਆ ਗਿਆ, ਪੰਜਾਬੀ ਕੈਲੀਗ੍ਰਾਫੀ ਦੀ ਸ਼ੁਰੂਆਤ ਉੱਥੋਂ ਹੋ ਗਈ ਹੈ ਨਾ। ਉਹਦਾ ਇੱਕ ਤਰੀਕਾ ਹੈ ਲਿਖਣ ਦਾ, ਇੱਕ ਪਾਸੇ ਨੂੰ ਰੱਖ ਕੇ ਉਹ ਕਲਮ ਕੱਟ, ਪਹਿਲਾਂ ਕਲਮ ਨਾਲ ਲਿਖਦੇ ਹੁੰਦੇ ਸੀ, ਫਿਰ ਉਸ ਤੋਂ ਬਾਅਦ ਇੱਦਾਂ ਦੇ ਡੰਕ ਆ ਗਏ। ਬ੍ਰਸ਼ ਨਾਲ ਵੀ ਲਿਖਿਆ ਜਾ ਸਕਦਾ, ਕਰੋਕਰ ਨਾਲ ਵੀ, ਔਰ ਬ੍ਰਸ਼ ਨਾਲ ਵੀ ਲਿਖਿਆ ਜਾ ਸਕਦਾ, ਚਾਹੇ ਉਹ ਫਲੈਟ ਹੈ ਚਾਹੇ ਰਾਊਂਡ ਬ੍ਰਸ਼ ਹੈ। ਇਹ ਤਾਂ ਤੁਹਾਡੀ ਕ੍ਰੀਏਟੀਵਿਟੀ ਹੈ ਕਿ ਉਹਨੂੰ ਕਿੰਨਾ ਖੂਬਸੂਰਤ ਬਣਾ ਸਕਦੇ ਹੋ। ਅੱਜ ਅਸੀਂ ਮਾਡਰਨਾਈਜੇਸ਼ਨ ਦੇ ਯੁੱਗ 'ਚ ਹਰ ਚੀਜ਼ ਨੂੰ ਮਸ਼ੀਨ ਜਾਂ ਕੰਪਿਊਟਰ ਦੀ ਮਦਦ ਨਾਲ ਸੌਖਾ ਜਾਂ ਤੇਜ਼ੀ ਨਾਲ ਹੋਣ ਵਾਲਾ ਕੰਮ ਬਣਾ ਲਿਆ। ਇਹਦੇ ਨਾਲ ਸਾਡਾ ਸਮਾਂ ਤਾਂ ਬਚ ਗਿਆ, ਪਰ ਅਸੀਂ ਕੀ ਕੁਝ ਗਵਾ ਲਿਆ ਇਹ ਅਸੀਂ ਨਹੀਂ ਜਾਣਦੇ। ਪਹਿਲਾਂ ਕੀ ਸੀਗਾ, ਪ੍ਰਿੰਟ ਇੰਨੇ ਅੱਛੇ ਅਵੇਲੇਬਲ ਨਹੀਂ ਸੀਗੇ, ਜਿੱਦਾਂ ਹੁਣ ਤਾਂ ਡਿਜੀਟਲਾਈਜੇਸ਼ਨ ਹੋ ਗਈ ਹੈ ਸਾਰੀ, ਅਤੇ ਹੁਣ ਕਿਹਾ ਹੈ ਕਿ ਫਲੈਕਸ ਪ੍ਰਿੰਟ ਆਉਣ ਦੇ ਨਾਲ ਉਹ ਫਲੈਕਸ ਪ੍ਰਿੰਟਿੰਗ ਸਾਰੀ ਕੈਨਵਸ 'ਤੇ ਵੀ ਕੀਤੀ ਜਾ ਰਹੀ ਹੈ। ਹੁਣ ਜੋ ਇਫੈਕਟ ਓਇਲ ਕਲਰ 'ਚ ਅਸੀਂ ਲੈਂਦੇ ਸੀ ਉਹ ਡਿਜੀਟਲ ਪੇਂਟਿੰਗ ਦੇ ਵਿੱਚ ਆ ਗਏ, ਔਰ ਅੱਗੋਂ ਫਲੈਕਸ ਦੇ ਉੱਪਰ ਜਾਂ ਕੈਨਵਸ ਦੇ ਉੱਪਰ ਪ੍ਰਿੰਟ ਐਜ਼ ਇਟ ਇਜ਼ ਨਿਕਲ ਜਾਂਦਾ ਹੈ, ਜਿਹਨਾਂ ਬਹੁਤ ਇਫੈਕਟ ਪਿਆ। ਔਰ ਕਈਆਂ ਨੂੰ ਤਾਂ ਪਤਾ ਵੀ ਨਹੀਂ ਚੱਲਦਾ ਕਿ ਇਹ ਓਇਲ ਪੇਂਟਿੰਗ ਹੈ ਜਾਂ ਪ੍ਰਿੰਟ ਹੈ, ਉਹ ਉਸੇ ਨੂੰ ਓਇਲ ਪੇਂਟਿੰਗ ਸਮਝ ਕੇ ਹੀ ਖਰੀਦੀ ਜਾ ਰਹੇ ਉਹਨੇ। ਔਰ ਕਈ ਆਰਟਿਸਟ ਵੀ ਇਹਨੂੰ ਬੜਾ ਮਿਸਯੂਜ਼ ਕਰ ਰਹੇ ਹੈਗੇ ਕਿ ਉਹ ਕੈਨਵਸ ਦੇ ਉੱਪਰ ਪ੍ਰਿੰਟ ਲੈਂਦੇ ਔਰ ਉੱਪਰ ਥੋੜ੍ਹੀ ਬਹੁਤੀ ਲੇਅਰ ਚਲਾਉਂਦੇ ਔਰ ਉਹੀ ਚਟਪਟ ਵਾਲਾ ਕੰਮ ਕਰਕੇ ਦੇ ਦਿੰਦੇ। ਕਾਫੀ ਜ਼ਿਆਦਾ ਘੱਟ ਗਈ ਹੈ ਜੀ, ਕਿਉਂਕਿ ਉਸ ਟਾਈਮ 'ਤੇ ਮਿੱਟੀ ਦੇ ਘਰ ਹੁੰਦੇ ਸੀਗੇ, ਇੰਟਰਟੇਨਮੈਂਟ ਦੇ ਸਾਧਨ ਘੱਟ ਸੀਗੇ। ਅੱਜ ਕੱਲ੍ਹ ਤਾਂ ਹਰ ਇਨਸਾਨ ਦੇ ਹੱਥ ਵਿੱਚ ਫੋਨ ਆ ਗਿਆ, ਉਹ ਆਪਣਾ ਕੋਈ ਵੀ ਡਿਜ਼ਾਇਨ ਕੋਈ ਵੀ ਚੀਜ਼ ਨੂੰ ਫਟ ਦੇਖ ਕੇ ਆਪਣੇ ਹਿਸਾਬ ਨਾਲ ਕਰ ਲੈਂਦਾ। ਉਸ ਟਾਈਮ 'ਤੇ ਇੰਟਰਟੇਨਮੈਂਟ ਦੇ ਸਾਧਨ ਘੱਟ ਸੀਗੇ ਤਾਂ ਦੀਵਾਰਾਂ ਦੇ ਉੱਪਰ ਚਿੱਤਰਕਾਰੀ ਕੀਤੀ ਜਾਂਦੀ ਸੀ। ਅੱਜ ਦੇ ਟਾਈਮ 'ਚ ਕਾਫੀ ਜ਼ਿਆਦਾ ਪੋਰਟਰੇਟ ਮੇਕਿੰਗ ਨੂੰ, ਇਫ ਆਈ ਕੁਡ ਫਰੇਜ਼, ਜਿਹੜੀ ਕਿ ਇੱਕ ਬਹੁਤ ਹੱਥੀਂ ਮਿਹਨਤ ਮੁਸ਼ੱਕਤ ਕਰਕੇ ਅਸੀਂ ਪੋਰਟਰੇਟ ਬਣਾਉਂਦੇ ਹਾਂ, ਉਹਨੂੰ ਅੱਜ ਦੇ ਟਾਈਮ 'ਚ ਸਪੈਸ਼ਲੀ ਬਹੁਤ ਜ਼ਿਆਦਾ ਡਾਊਨਫੋਲ ਦੇਖਣਾ ਪੈ ਰਿਹਾ ਹੈ। ਡਿਜੀਟਲਾਈਜੇਸ਼ਨ ਆ ਗਈ ਹੈ, ਕੈਮਰਾਜ਼ ਦੇ ਵਿੱਚ, ਲੈਪਟੋਪਸ ਦੇ ਵਿੱਚ ਕਈ ਐਸੇ ਸੈਟਿੰਗਸ ਨੇ, ਕਈ ਐਸੇ ਐਡੀਟਿੰਗ ਵਾਲੇ ਸਾਡੇ ਕੋਲ ਸੋਫਟਵੇਅਰ ਨੇ, ਜਿਹ 'ਚ ਅਸੀਂ ਚਾਰਕੋਲ, ਸਕੈਚ, ਵਾਟਰ ਇਫੈਕਟ ਵਾਲੇ ਹਰ ਤਰ੍ਹਾਂ ਦੇ ਪੋਰਟਰੇਟਸ ਬਣਵਾ ਸਕਦੇ ਹਾਂ। ਹਰ ਬੰਦੇ ਨੂੰ ਕਾਹਲੀ ਪਈ ਹੋਈ ਹੈ ਨਾ, ਫਟਾਫਟ ਜੋ ਲਿਖਣਾ ਉਹ ਕੰਪਿਊਟਰ 'ਤੇ ਕੱਢਦੇ ਆ ਔਰ ਕਰ ਲੈਂਦੇ ਆ, ਹੈ ਨਾ, ਪਰ ਤਸੱਲੀ ਨਹੀਂ ਹੈ। ਕੰਪਿਊਟਰ ਦੀ ਵੀ ਇੱਕ ਹੱਦ ਹੈ, ਕੰਪਿਊਟਰ ਵੀ ਇੱਥੋਂ ਨਿਕਲਿਆ ਨਾ ਔਰ ਇੱਥੇ ਹੀ ਵਾਪਸ ਜਾ ਰਿਹਾ, ਜਦਕਿ ਬ੍ਰੇਨ ਦੀ ਕੋਈ ਹੱਦ ਹੀ ਨਹੀਂ ਹੈ। ਜੇ ਬ੍ਰੇਨ ਦੀ ਕੋਈ ਹੱਦ ਨਹੀਂ ਹੈ ਤਾਂ ਕੈਲੀਗ੍ਰਾਫੀ ਦੀ ਵੀ ਕੋਈ ਹੱਦ ਨਹੀਂ ਹੈ। ਇਹਨੂੰ ਵੀ ਕਿਸੇ ਵੀ ਹੱਦ ਤੱਕ ਜੋ ਕੰਪਿਊਟਰ ਨਹੀਂ ਕਰ ਸਕਦਾ ਉਹ ਆਪਾਂ ਹੱਥ ਨਾਲ ਕਰ ਸਕਦੇ ਹਾਂ। ਕੰਪਿਊਟਰ ਇੱਕ ਤਰ੍ਹਾਂ ਨਾਲ ਅੱਜ ਦੇ ਟਾਈਮ 'ਚ ਇੱਕ ਫੋਨ ਨੂੰ ਲੈ ਕੇ ਉਹਨੂੰ ਹੀ ਵਾਰ ਵਾਰ ਰਿਪੀਟ ਕਰ ਸਕਦਾ ਹੈ। ਆਪਾਂ ਜੇ ਹੱਥ ਨਾਲ ਕਰ ਰਹੇ ਹਾਂ ਤਾਂ ਉਸੇ ਫੋਨ ਨੂੰ ਲੈ ਕੇ ਆਪਾਂ
किसी भी शब्द को एक बार होर तरह लिखिया, दूसरी बार उन्होंने थोड़ा क्रिएटिव करता, तीसरी बार होर, मतलब अगर एक वर्ड आप एक इबारत दे विच तीन चार बार लिखिया तो उन्होंने तीन चार तरह ही लिख सकते एको फॉन्ट दे विच, जिहड़ा कि वो अजकल कंप्यूटर पर जो करते हैं वो पॉसीबल नहीं है। डिफरेंस देखो और लाइफ नहीं है, क्योंकि जिहड़ी प्रिंटिंग है वो कलर नहीं है, वो इंक है, और कुछ टाइम बाद वो डल हो जाएंगे। तो ऑयल पेंटिंग की लाइफ तो सैकड़ों सालों तक है, हूँ तक कई सैकड़ों साल पुरानी पेंटिंग्स अजे भी फ्रैश दिख रही हैं बिल्कुल। जी जिन्हों का यह रुज़गार सेगा वह खत्म हो गए, आर्टिस्ट उस टाइम पर जोड़े से उन्होंने वह रुज़गार का मुल नहीं मिले, वो सारा कला खत्म हो गई और जगह इंटरनेट ने ले ली जी सारी। यूथ इज़ नॉट फॉलोइंग इट बिकॉज अज क्विक कम चाहिए सानू, एंड पोर्ट्रेट मेकिंग इज़ अ टायरिंग टास्क, एक बारी करना नहीं आता, इट इज़ अ मैटर ऑफ एक्सट्रीम प्रैक्टिस, और दिलों नहीं जब तक करोगे तब तक नहीं आएगा, और काफ़ी टाइम देना पैंदा है इहदे वास्ते, काफ़ी मेहनत करनी पैंदी है। मैं भी जो स्टूडेंट लाइफ च मतलब हूँ भी मैं सीख रही हाँ, वड़े वड़े आर्टिस्ट है उन्होंने पेज फॉलो करती हाँ, उन्होंने मैं देखती हाँ कि ऐसी फेमस टेक्निक यूज़ कर रहे हैं या कैसी पेंसिल्स यूज़ कर रहे हैं या ऐसा कि उन्होंने स्ट्रोक्स दे विच है कि मैं उन्होंने ऐड कर सकाँ। स्टूडेंट्स नाउ मतलब 100 जो 3% ही होंगे जो इस आर्ट फॉर्म नू बहुत ज़्यादा सीरियसली यूज़ करते हैं, और मेहनत तो डरते बेसिकली, जो रिजल्ट नहीं मिलते उन्होंने दे जस्ट क्विट विद दिस जॉनर, फटाफट कंप्यूटर से कढ के जो लिखना होंगे किसी को सॉरी भी कहना तो वो सॉरी कंप्यूटर से ही कढ़ते हैं, उन्होंने कार्ड जहा बना के दे देंगे है ना, पर वो फीलिंग नहीं है सॉरी की जो हाथ ना लिखे दे विच है। किसी को थैंक यू कहना, किसी को शुक्रिया कहना है ना, पर वो फीलिंग नहीं है जो कंप्यूटर से कढ़ दें, वो मशीन ने मशीन वाला काम करना है और हाथ ने तुहाडी फीलिंग लैके चलना है। नवी पीढ़ी का कोई इंट्रस्ट नहीं है जी, क्योंकि जी नवी पीढ़ी है फ्यूचर देखती है, कमर्शलाइज असी हो गए कि सानू कित्थों, ये शौक दीयां चीज़ां रह गई जी, जिदा स्कूलों में फट्टी और सलेटी खत्म हो गई जी, उदा ही ये आर्ट खत्म हो गया जी। जबकि जी अज की डेट में भी असं देखते हैं कि सानू सब तो ज़्यादा फायदे ये पुराने आर्ट के सके। फीलिंग तो हाथ में लिखे च ही आनी है, क्योंकि तुहाडी छो प्राप्त आ उस शब्द में, तुहाडी अगर छो प्राप्त नहीं है उस शब्द में, वो उस जिस चीज़ ना जिस जरिए ना तुसी लिख रहे हो उहदे नाल तुसी खुद उस शब्द दे विच शामिल हुंदे हो, तुसी उहदे च लय हो जाते हो, तुसी कोई इबारत लिखते हो तुसी उहदे च लय हो जाते हो जो अपने हाथ नाल लिखते हैं। हुण तो चिट्ठी का जमाना ही नहीं रहा, वो चिट्ठियाँ हुण पैंदियां नहीं, अजकल तो SMS हो जाता और एक मिनट च मिलता है, पर जो चिट्ठियाँ लिखते थे तो किन्नी देर महीना महीना दो महीने भी एक चिट्ठी की वेट करते अभी कि किसी की चिट्ठी आने वाली है और वो हाथ का लिखा हुआ है, वो फीलिंग ही अलग है, उन्होंने सिर्फ महसूस किया जा सकता, इन शब्दों कि बयान करिए। मैं लगता एक बहुत छोटा जहा और बेसिक जहा एक साइन है कि आर्ट साढ़े लिए कितना जरूरी सी और अज भी है।